वाहिगुरु जी का खालसा वाहिगुरु जी वाहिगुरु जी की फतेह। पौधा महीना चल रहा जी, ते वैसे पौधा महीना सिख कौम दे लई बहुत कष्टां वाला ही रहेगा। ते जे देखा जावे सिख धर्म दे विच इह महीने दा बहुत ज्यादा मतलब भी ओह आ सत्कार कीता जांदा। कोई भी अपने खुशी दे फंक्शन नहीं इस महीने च कोई भी सिख करदा। साहिबजादे शहीद होए सीगे, सारे जाने ही अपना टाइम उधर मतलब लाउंदे आ, धार्मिक स्थानां ते जांदे आ, पाठ करते हैं, गुरु साहब अगे नतमस्तक होंगे आता करके कोई भी मतलब विआह नहीं करता है। जे कोई विआह करता सारे जाने मतलब वो चीज़ा दे भी जे जिन्हों भी अगला दसता कि असी विआह करना पोह च, अगला उन्होंने भी नैगेटिव गिणता कि विआह तुसी पोह दे विच क्यों करते हो। तो वैसे तो पहला तो जमा ही विआह किते नहीं आते पोह दे विच, ते आ कुछ कु साल फिर तो रवाज जिहा चलिया गा, लोग कई कर भी लैंदे ने पोह च विआह जिन्हां दीआं कई मजबूरियां हुंदीआं ने। पर ज्यादातर इस महीने दे विच जे किसी का कोई जन्मदिन आउंदा कुछ है ना प्रोग्राम, कोई भी बंदा सैलीबरेट नहीं करदा गा। तेरी गल विचार है, जब असीं बहुत छोटे होंदे अपने नानकी जांदे सी मोहनपुर, साडी नानी जी दसदी हुंदी सी बई दो उहनां दे शहीद हो गए काफ़ी, माँ धी अरदास करदे सी शाम नूं बई मेरे मालक सरबत दा भला बख्शी। उत्थे जी कहिंदी मुसलमान निकल जांदे सी, उहनां ने सुणिया, उह कहिंदे वी असीं किन्ने सिखां नाल करदे आ, इह फिर वी साडा भला मंगदे ने। देख लो मेरे कई बहुत साल गल पुरानियां 45-46 सालां दी गल आ, ਸਾਡੀ ਨਾਨੀ ਜੀ ਵੀ ਜੇ ਕਥਾ ਸੁਣਾਉਂਦੇ ਹੁੰਦੇ ਸੀਗੇ ਸਾਹਿਬਜ਼ਾਦਿਆਂ ਬਾਰੇ, ਕਿਉਂਕਿ ਆਪਣੇ ਕੋਲ ਫਤਿਹਗੜ੍ਹ ਸਾਹਿਬ ਬਹੁਤ ਨੇੜੇ ਆ। ਮੇਨ ਗੱਲ ਇਹ ਆ ਕਿ ਇਹਨਾਂ ਦਿਨਾਂ ਦੇ ਵਿੱਚ ਛੁੱਟੀਆਂ ਵੀ ਹੁੰਦੀਆਂ ਨੇ, ਬੱਚਿਆਂ ਨੂੰ ਵੀ ਛੁੱਟੀਆਂ ਹੁੰਦੀਆਂ ਨੇ, ਜੇ ਤੁਸੀਂ ਵਰਕਿੰਗ ਹੋ ਜੋਬ ਕਰਦੇ ਹੋ ਹੈ ਨਾ, ਕੋਈ ਮਤਲਬ ਤੁਹਾਡਾ ਬਿਜ਼ਨਸ ਆ, ਤੁਸੀਂ ਵੀ ਜ਼ਿਆਦਾਤਰ ਫ੍ਰੀ ਹੁੰਦੇ ਹੋਗੇ ਇਸ ਟਾਈਮ, ਠੰਡ 'ਚ ਕੰਮ ਸਭ ਦਾ ਹੀ ਘੱਟ ਜਾਂਦਾ। ਅਤੇ ਜੇ ਤੁਹਾਡੇ ਕੋਲ ਟਾਈਮ ਹੈਗਾ ਤੁਸੀਂ ਕੋਸ਼ਿਸ਼ ਕਰੋ ਆਪਣੇ ਬੱਚਿਆਂ ਨੂੰ ਲੈ ਕੇ ਜਾਓ, ਆਨੰਦਪੁਰ ਸਾਹਿਬ ਦਰਸ਼ਨ ਕਰਾ ਕੇ ਲੈ ਕੇ ਆਓ, ਚਮਕੌਰ ਸਾਹਿਬ ਲੈ ਕੇ ਜਾਓ, ਪਰਿਵਾਰ ਵਿਛੋੜਾ ਸਾਹਿਬ ਲੈ ਕੇ ਜਾਓ, ਆਪਦੇ ਬੱਚਿਆਂ ਨੂੰ ਦੱਸੋ ਵੀ ਕਿੱਦਾਂ ਗੁਰੂ ਸਾਹਿਬ ਨੇ ਉਹ ਟਾਈਮ ਕੱਢਿਆ ਸੀ, ਕਿੱਦਾਂ ਸਿੱਖ ਪੰਥ ਨੂੰ ਮਤਲਬ ਉਹਨਾਂ ਨੇ ਖੜਾ ਕੀਤਾ, ਕਿਵੇਂ ਸਿੱਖਾਂ ਨੂੰ ਜਿਉਣਾ ਸਿਖਾਇਆ ਸੀਗਾ ਅਣਖ ਦੇ ਨਾਲ। ਅਤੇ ਜ਼ਿਆਦਾਤਰ ਸਾਰੇ ਕੋਲ ਟਾਈਮ ਹੁੰਦਾ ਹੀ ਆ, ਅਤੇ ਵਧੀਆ ਗੱਲ ਆ ਕਿ ਇਸ ਟਾਈਮ ਨੂੰ ਆਪਾਂ ਛੁੱਟੀਆਂ ਮਤਲਬ ਆਪਾਂ ਛੁੱਟੀਆਂ ਬਣਾ ਕੇ ਇਹਨਾਂ ਨੂੰ ਹੋਲੀਡੇ ਹੈ ਨਾ ਮਨਾਉਣ ਨਾਲੋਂ, ਪਾਰਟੀਆਂ ਕਰਨ ਨਾਲੋਂ, ਕਿਸੇ ਤਰ੍ਹਾਂ ਦੇ ਕੋਈ ਹੋਰ ਇਵੈਂਟ ਕਰਨ ਨਾਲੋਂ ਚੰਗੀ ਗੱਲ ਆ ਕਿ ਆਪਾਂ ਆਪਣੇ ਧਰਮ ਨਾਲ ਇਹਨੂੰ ਮਤਲਬ ਸੈਲੀਬ੍ਰੇਟ ਕਰੀਏ, ਆਪਦੇ ਬੱਚਿਆਂ ਨੂੰ ਉਹ ਜਾਣਕਾਰੀ ਦੇਈਏ ਜੋ ਆਪਣਾ ਇਤਿਹਾਸ ਆ। ਸਾਰਿਆਂ ਨੂੰ ਆਪਣਾ ਆਪਣਾ ਇਤਿਹਾਸ, ਆਪਦੀ ਕੌਮ, ਆਪਣਾ ਧਰਮ ਮੁਬਾਰਕ ਆ, ਸਾਰਿਆਂ ਦਾ ਸਤਿਕਾਰ ਆ, ਕੋਈ ਉਹ ਨਹੀਂ ਹੈਗਾ। ਬਸ ਗੱਲ ਇਹ ਆ ਕਿ ਹਿੰਦੂ ਆਪਣੇ ਧਰਮ 'ਚ ਪੱਕੇ ਰਹਿਣ, ਸਿੱਖ ਆਪਣੇ ਧਰਮ 'ਚ ਪੱਕੇ ਰਹਿਣ, ਮੁਸਲਮਾਨ ਵੀਰ ਆ ਜਿਹੜੇ ਉਹ ਆਪਣੇ ਧਰਮ 'ਚ ਪੱਕੇ ਰਹਿਣ। ਆਪਾਂ ਨੂੰ ਜ਼ਰੂਰੀ ਆ ਕਿ ਜਿਹੜਾ ਜਿਹੜਾ ਆਪਣਾ ਧਰਮ ਆ ਆਪਾਂ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜੀਏ ਹੈ ਨਾ, ਉਸ ਹਿਸਾਬ 'ਤੇ ਉਹ ਅੱਗੇ ਜਾਣ, ਉਹ ਆਪਣਾ ਧਰਮ ਅਪਣਾਉਣ। ਜ਼ਿਆਦਾਤਰ ਦੇਖਿਆ ਕੀ ਜਾਂਦਾ ਕਈ ਮੀਡੀਆ 'ਤੇ ਮਤਲਬ ਆਪਾਂ ਦੇਖਿਆ ਹੋਣਾ, ਨਿਊਜ਼ ਵਗੈਰਾ ਵੀ ਆਉਂਦੀਆਂ ਨੇ, ਮਤਲਬ ਕਈ ਵਾਰ ਕੋਈ ਧਾਰਮਿਕ ਪ੍ਰੋਗਰਾਮ ਚੱਲਦਾ ਹੁੰਦਾ ਉੱਥੇ ਬੱਚੇ ਹੁੰਦੇ ਨੇ, ਉਹ ਜਦੋਂ ਉਹਦੇ ਮੂਹਰੇ ਮਾਈਕ ਕਰਦੇ ਨੇ ਕਿ ਤੁਹਾਨੂੰ ਇਤਿਹਾਸ ਪਤਾ ਵਾ, ਚਾਰ ਸਾਹਿਬਜ਼ਾਦਿਆਂ ਦੇ ਨਾਮ ਦੱਸੋ, ਪੰਜ ਪਿਆਰਿਆਂ ਦੇ ਨਾਮ ਦੱਸੋ ਅਤੇ 10 ਗੁਰੂ ਸਾਹਿਬਾਨਾਂ ਦੇ ਨਾਮ ਦੱਸੋ, ਕਿਸੇ ਨੂੰ ਕੁਛ ਨਹੀਂ ਪਤਾ ਹੁੰਦਾ। ਉਹਦੇ ਵਿੱਚ ਬੱਚਿਆਂ ਦਾ ਨਹੀਂ ਉਨਾ ਕਸੂਰ ਹੈਗਾ, ਉਹ ਮਾਂ ਬਾਪ ਦਾ ਕਸੂਰ ਆ ਜਿਹੜੇ ਕਿ ਆਪਣੇ ਬੱਚਿਆਂ ਨੂੰ ਕੁਛ ਦੱਸਦੇ ਨਹੀਂ ਹੈਗੇ। ਜ਼ਰੂਰੀ ਦੇਖੋ ਹੁਣ ਕ੍ਰਿਸਮਿਸ ਨੇ ਵੀ ਆਉਣਾ ਆ ਦਿਨਾਂ ਦੇ ਵਿੱਚ, ਕ੍ਰਿਸਮਿਸ ਦੇ ਵਿੱਚ ਮਤਲਬ ਆਪਣਾ ਉਹ ਧਰਮ ਨਹੀਂ ਹੈਗਾ, ਮੁਬਾਰਕ ਆ ਜਿਨ੍ਹਾਂ ਦਾ ਉਹ ਧਰਮ ਆ ਉਹ ਮਨਾਉਣ ਹੈ ਨਾ। ਆਪਣੇ ਆਪਾਂ ਤਾਂ ਸਭ ਤੋਂ ਮਤਲਬ ਆਪਾਂ ਆਪਣੇ ਆਪ ਨੂੰ ਮਾਣ ਨਾਲ ਆਪਾਂ ਵੀ ਮੰਨੀਏ ਕਿ ਅਸੀਂ ਉਸ ਕੌਮ ਦੇ ਮਤਲਬ ਗਾਂ ਵਾਰਿਸ ਹਾਂ, ਬੱਚੇ ਹੈਗੇ ਜਿਨ੍ਹਾਂ ਦੇ ਸਾਹਿਬਜ਼ਾਦਿਆਂ ਨੇ ਕੁਰਬਾਨੀਆਂ ਦਿੱਤੀਆਂ ਇਹਨਾਂ ਦਿਨਾਂ ਦੇ ਵਿੱਚ। ਗੁਰੂ ਸਾਹਿਬ ਦਾ ਸਾਰਾ ਪਰਿਵਾਰ ਵਿਛੜਿਆ, ਮਾਤਾ ਜੀ ਵਿਛੜ ਗਏ ਗੁਰੂ ਸਾਹਿਬ ਤੋਂ, ਬੱਚੇ ਸ਼ਹੀਦ ਹੋਏ ਗੁਰੂ ਸਾਹਿਬ ਦੇ, ਅਤੇ ਤੁਸੀਂ ਉਹਨਾਂ ਚੀਜ਼ਾਂ ਨਾਲ ਆਪਣੇ ਬੱਚਿਆਂ ਨੂੰ ਜਾਣੂ ਕਰਵਾਓ, ਜ਼ਿਆਦਾ ਮਤਲਬ ਵੀ ਵਧੀਆ ਚੀਜ਼ ਰਹੂਗੀ, ਸਿੱਖ ਕੌਮ ਅੱਗੇ ਜਾਊਗੀ। ਅਤੇ ਬਾਕੀ ਕਈ ਜਾਣੇ ਹੈ ਨਾ ਕਹਿੰਦੇ ਵੀ ਰਹਿੰਦੇ ਆ ਕਿ ਤੁਸੀਂ ਧਾਰਮਿਕ ਵੀਡੀਓ ਨਹੀਂ ਪਾਉਂਦੇ, ਤੁਸੀਂ ਇਤਿਹਾਸ ਬਾਰੇ ਵੀਡੀਓ ਨਹੀਂ ਪਾਉਂਦੇ, ਅੱਜ ਆਪਾਂ ਇਤਿਹਾਸ ਬਾਰੇ ਵੀਡੀਓ ਪਾ ਰਹੇ ਹਾਂ। ਅਤੇ ਸਾਰਿਆਂ ਦੀ ਇਹ ਅਨਾਊਂਸਮੈਂਟ ਵੀ ਆ ਕਿ ਹੁਣ ਆਹ ਵਾਲਾ ਹਫ਼ਤਾ ਦਸੰਬਰ ਦਾ ਮਹੀਨਾ ਕੋਈ ਵੀ ਕਿਸੇ ਤਰ੍ਹਾਂ ਦੀ ਕੁਕਿੰਗ ਦੀ ਵੀਡੀਓ ਨਹੀਂ ਆਊਗੀ, ਕੋਈ ਫਨੀ ਬਲੌਗ ਨਹੀਂ ਆਊਗਾ, ਕਿਸੇ ਦਾ ਬਰਥਡੇ ਕੁਛ ਵੀ ਆਪਾਂ ਸੈਲੀਬ੍ਰੇਟ ਨਹੀਂ ਕਰਾਂਗੇ। ਸਾਰੀਆਂ ਧਾਰਮਿਕ ਵੀਡੀਓ ਆਉਣਗੀਆਂ, ਅਸੀਂ ਚਮਕੌਰ ਸਾਹਿਬ ਅਨੰਦਪੁਰ ਸਾਹਿਬ ਜਾ ਕੇ ਆਏ ਹਾਂ, ਦਰਸ਼ਨ ਕਰਕੇ ਆਏ ਹਾਂ, ਅਤੇ ਉਹ ਵੀਡੀਓ ਵੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਵੀ ਦੂਰ ਬੈਠੇ ਵੀ ਦੇਖੋ, ਆਪਣੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰੋ, ਸਾਨੂੰ ਕਈ ਨਗਰ ਕੀਰਤਨ ਵੀ ਮਿਲੇ,
तीन नगर कीर्तन के भी सानू दर्शन करन दा मौका मिलिया। तुसी भी वो वीडियो देखोगे तुहानू भी दर्शन करन दा मौका मिलूगा दूर बैठे, क्योंकि कल चमकौर साहब की सभा सीगी असीं उत्थे जाके आए हांगे। मैं दसणा बई मनी रवि दा चाचा जी हुणी चमकौर साहब कल जाके आए ने, अज मछुवाड़ा साहब जाणगे विचारली सभा नूं, उह फतेहगढ़ साहब जाणगे। उहनां नूं बहुत ज्यादा कुदरत वल्लों ही लगन बहुत ज्यादा आ गुरु घर नाल, किते दबान होवे कथा होवे पूर्णमासी मस्या पंचमी होवे उह जरूर जांदा। कमल भूआ इहनां दी नगर कीर्तन पिंड निकलदा सीगा सवेर तों शाम तक, सारी पड़ा अटेंड करदे सीगे। होणा चाहीदा, हरेक इंसान नूं जाणा चाहीदा आपो अपने धर्मां दे प्रति। बाकी एवं आ जी डेढ़ की गल तो मतलब गल याद आई है, जरूरी ये नहीं है कि मतलब तुसी कला उत्थे जा रहे हो, जरूरी ये है कि तुसी अपना की रहे हो, है ना, तुसी सिख्या की लै रहे हो। कई मतलब आप देखते हैं, तुसी भी देखते हो गए, कई मतलब जिदा अधकड़ उम्र के मुंडे जाते हैं वडीर टाइप कह लो कि वह जाते हैं, वह अपना घूम फिर के मेला टाइप ओनू मतलब कह सकते आप मेलिया की तरह घूम के आते जे तुसी जाना वा भी जेडे होर भी वीर भैणा देख रहे तुसी जाना भी है तो मतलब ओ चीज नू इतिहास नू अपने दिल दे विच रख के जाओ। ते जरूरी सब तो ये भी है कि जे तुसी आनंदपुर साहिब चलने हो, परिवार विछोड़ा साहिब चलने हो, चमकौर साहिब चलने हो, माछीवाड़ा साहिब चलने हो, तुहानू उहदा इतिहास भी पता होना चाहिए। बस ये नहीं है कि तुहानू इतिहास नहीं पता तुसी जाया है सारा मेला देख के बस मुड़े आए, वह चीज़ का भी कोई फायदा नहीं। जिन्ना चिर तुसी खुद इतिहास नहीं पढ़ते सुनते उन्ना चिर तुसी अगे नहीं किसी नू दस सकते। कोशिश करो जे थोनों कोई मिलता उहदे नाल गल करो, उहनू भी इतिहास दसो। तो कल भी सानू उत्थे एक मीडिया ने मिले सीगे ते उन्होंने मतलब थोड़ी जी इंटरव्यू करनी सी ते उह देखिया कि उह मतलब मीडिया वाली जिहड़ी उह मतलब भैण जी सी उह भी कहिंदे कि सारे दूर भजदे ने। दूर भजन दा कारण ही इह आ कि आपां अपना इतिहास पढ़ते नहीं सुनते नहीं। आपां नूं ऐ हुंदा वी जे मीडिया वाले आ गए उह अपने तों इतिहास ना पुछ लैण वी आपां दसांगे कि आपां नूं पता नहीं हैगा, ਉਹਨਾਂ ਗੱਲਾਂ ਨੂੰ ਡਰਨ ਦੀ ਥਾਂ ਤੇ ਹੈ ਨਾ ਵੀ ਜ਼ਰੂਰੀ ਇਹ ਆ ਕਿ ਜਿੱਥੇ ਤੁਸੀਂ ਗਏ ਆ ਸਾਰੇ ਥਾਵਾਂ ਦੇ ਬਾਹਰ ਬੋਰਡ ਲੱਗੇ ਹੁੰਦੇ ਨੇ, ਉਹਨਾਂ ਨੂੰ ਪੜ੍ਹੋ ਜ਼ਰੂਰ। ਨਾਲੇ ਜੇ ਆ ਮਤਲਬ ਉਹੀ ਆ, ਕੋਈ ਵੀ ਕੌਮ ਅੱਗੇ ਜਾਂਦੀ ਆ ਆਪਣੇ ਇਤਿਹਾਸ ਦੇ ਸਿਰ ਤੇ, ਇਤਿਹਾਸ ਪੜ੍ਹਨਾ ਸੁਣਨਾ ਅੱਗੇ ਸੁਣਾਉਣਾ ਬਹੁਤ ਜ਼ਰੂਰੀ ਆ। ਆਪਣੀ ਤਾਂ ਸਭ ਤੋਂ ਵਡਮੁੱਲਾ ਇਤਿਹਾਸ ਆ, ਕਹਿੰਦੇ ਅਮੈਰੀਕਾ ਵਾਲਿਆਂ ਨੇ ਖੋਜ ਕੀਤੀ ਸੀ ਕਿ ਦੁਨੀਆਂ 'ਚ ਸਭ ਤੋਂ ਮਹਿੰਗੀ ਜ਼ਮੀਨ ਕਿੱਥੇ ਹੈਗੀ, ਤਾਂ ਫਿਰ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਹੈਗਾ ਫਤਿਹਗੜ੍ਹ ਸਾਹਿਬ, ਜਿੱਥੇ ਮੋਹਰਾਂ ਵਿਛਾ ਕੇ ਵੀ ਸਾਹਿਬਜ਼ਾਦਿਆਂ ਦਾ ਅਤੇ ਮਾਤਾ ਜੀ ਦਾ ਸੰਸਕਾਰ ਕੀਤਾ ਗਿਆ ਸੀਗਾ। ਅਤੇ ਉਹੀ ਆ, ਤੁਸੀਂ ਆਪਣਾ ਟਾਈਮ ਕੱਢਿਓ, ਹੁਣ ਜੇ ਤੁਸੀਂ ਬਿਜ਼ੀ ਵੀ ਹੋ ਆਪਣੀ ਲਾਈਫ ਦੇ ਵਿੱਚ, ਕੁਛ ਨਾ ਕੁਛ ਟਾਈਮ ਜ਼ਰੂਰ ਕੱਢਿਓ, ਇੱਕ ਦੋ ਦਿਨ ਕੱਢ ਕੇ ਆਪਣੇ ਬੱਚਿਆਂ ਨੂੰ ਲੈ ਕੇ ਜਾਇਓ ਅਤੇ ਸਾਰੇ ਦਰਸ਼ਨ ਕਰਕੇ ਆਇਓ ਨਾਲੇ ਬੱਚਿਆਂ। ਬੇਟਾ ਇੱਕ ਦੋ ਦਿਨ ਤਾਂ ਇੱਕ ਮਹੀਨੇ ਜੀ ਕੋਈ ਜ਼ਿਆਦਾ ਨਹੀਂ ਸੀ, ਗੁਰੂ ਸਾਹਿਬ ਵਾਸਤੇ ਦੇਖੋ ਉਹਨਾਂ ਨੇ ਆਪਾਂ ਨੂੰ ਜਨਮ ਦਿੱਤਾ, ਹਰ ਕੌਮ 'ਚ ਹਰ ਧਰਮ 'ਚ ਹਰ ਕਾਸਟ ਦੇ ਵਿੱਚ ਆਪਾਂ ਆਪਣੇ ਧਰਮ ਵਾਸਤੇ ਦੋ ਦਿਨ ਤਾਂ ਕੱਢ ਸਕਦੇ ਹਾਂ, ਆਹ ਕਿੰਨੇ ਕਸ਼ਟ ਭਰੇ ਦਿਨ ਨੇ। ਹਾਂਜੀ, ਅਤੇ ਬਾਕੀ ਇਹ ਹੀ ਆ ਕਿ ਧਾਰਮਿਕ ਮਤਲਬ ਤੁਸੀਂ ਹੁਣ ਜੇ ਤੁਸੀਂ ਵਿਹਲੇ ਹੋ ਤੁਹਾਡੇ ਕੋਲ ਟਾਈਮ ਹੈਗਾ, ਜ਼ਰੂਰ ਕੋਸ਼ਿਸ਼ ਕਰਿਓ ਕਿ ਤੁਸੀਂ ਪਾਠ ਕਰੋ ਜਿੰਨਾ ਵੀ ਹੋ ਸਕਦਾ, ਚੌਪਈ ਸਾਹਿਬ ਦੇ ਪਾਠ ਕਰਿਓ, ਜਪਜੀ ਸਾਹਿਬ ਕਰਿਓ, ਜਿਹੜਾ ਨਹੀਂ ਵੀ ਪਾਠ ਕਰਦਾ ਉਹ ਵੀ ਕੋਸ਼ਿਸ਼ ਕਰਿਓ ਕਿ ਰੋਜ਼ ਦਾ ਇੱਕ ਜਪਜੀ ਸਾਹਿਬ ਦਾ ਪਾਠ ਕਰੋ, ਕਿਉਂਕਿ ਆਪਾਂ ਤਾਂ ਉਹੀ ਆ ਕਿ ਉਹਨਾਂ ਨੂੰ ਨਤਮਸਤਕ ਹੀ ਹੋ ਸਕਦੇ ਹਾਂ, ਸ਼ਰਧਾਂਜਲੀਆਂ ਹੀ ਦੇ ਸਕਦੇ ਹਾਂ, ਹੈ ਨਾ, ਆਪਾਂ ਤਾਂ ਮਤਲਬ ਜਿੰਨਾ ਆਪਣੇ ਵੱਸ ਹੈਗਾ ਆਪਾਂ ਉਹੀ ਕਰ ਸਕਦੇ ਹਾਂਗੇ। ਅਤੇ ਚਲੋ ਜੀ, ਹੁਣ ਆਪਾਂ ਮਤਲਬ ਇਹੀ ਤੁਹਾਡੇ ਲਈ ਬੇਨਤੀ ਹੈਗੀ ਅਤੇ ਰਿਕੁਐਸਟ ਵੀ ਹੈਗੀ ਕਿ ਹੁਣ ਕੋਈ ਵੀ ਆਪਾਂ ਸੈਲੀਬ੍ਰੇਸ਼ਨ ਨਹੀਂ ਕਰਾਂਗੇ, ਕੋਈ ਵੀ ਉਵੇਂ ਦੀਆਂ ਵੀਡੀਓ ਨਹੀਂ ਆਉਣਗੀਆਂ, ਸਾਰੀਆਂ ਧਾਰਮਿਕ ਵੀਡੀਓ ਆਉਣਗੀਆਂ ਇਸ ਹਫ਼ਤੇ। ਅਤੇ ਤੁਹਾਡੇ ਲਈ ਵੀ ਬਸ ਇਹੀ ਹੈ ਕਿ ਤੁਸੀਂ ਵੀ ਕੋਈ ਕਿਸੇ ਤਰ੍ਹਾਂ ਦੀ ਫਾਲਤੂ ਦੀਆਂ ਸੈਲੀਬ੍ਰੇਸ਼ਨ ਆਪਣੀਆਂ ਅਵੋਇਡ ਕਰਿਓ, ਕਿ ਅੱਗੇ ਮਹੀਨਾ ਆ ਜਾਣਾ ਜਨਵਰੀ ਦਾ ਨਵੇਂ ਸਾਲ ਤੋਂ, ਫਿਰ ਆਪਣਾ ਸ਼ੁਰੂ ਕਰ ਲਿਓ ਜਿਹੜਾ ਕੁਛ ਤੁਸੀਂ ਆਪਣਾ ਸੈਲੀਬ੍ਰੇਟ ਕਰਨਾ ਹੋਇਆ। ਅਤੇ ਆਪਾਂ ਅੱਜ ਦੀ ਵੀਡੀਓ ਦਾ ਇੱਥੇ ਐਂਡ ਕਰਦੇ ਹਾਂ ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।